ਸ਼ਬਦ ਬੜਾ ਪਵਿੱਤਰ ਆ ਸਾਡੇ ਧਰਮ 'ਚ, ਸਾਡੇ ਸਮਾਜ 'ਚ। ਮੈਂ ਬੀਬੀ ਤਾਂ ਨਹੀਂ ਕਹੂੰਗਾ, ਪਰ ਮੈਂ ਖੱਚ ਜਨਾਨੀ ਜ਼ਰੂਰ ਕਹੂੰਗਾ, ਉਹ ਵੀਰਪਾਲ ਕੌਰ। ਪਤਾ ਨਾ ਸੁਣਿਆ ਨਾ ਵੀਰਪਾਲ ਕੌਰ, ਉਹ ਸਰਸੇ ਵਾਲੇ ਦੀ ਚੱਲੀ ਗੁਫਾ ਵਾਲੀ ਸੇਵਾ ਕਰਨ ਵਾਲੀ, ਹਾਂਜੀ। ਉਹ ਜਨਾਨੀ ਆਉਂਦੀ ਆ ਖੱਚ, ਉਹ ਕਹਿੰਦੀ ਹੈ ਜੀ ਪੁਸ਼ਾਕ ਜਿਹੜੀ ਹੈ 2007 'ਚ ਜਿਹੜੀ ਸਲਾਵਤਪੁਰੇ ਡੇਰੇ 'ਚ ਪਾਈ ਸੀ ਰਾਮ ਰਹੀਮ ਨੇ, ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ। ਚਲੋ ਉਹ ਵੀ ਅਸੀਂ ਰੌਲਾ ਰੱਪਾ ਪਾ ਪੂ ਕੇ ਤੱਥ ਤੁੱਥ ਕੱਢ ਕੇ ਸਾਰੀਆਂ ਗੱਲਾਂ ਕਰ ਕੁਰ ਕੇ ਅਸੀਂ ਝੂਠੀ ਕੀਤੀ। ਅੱਜ ਉਹ ਖੱਚ ਜਨਾਨੀ ਨਹੀਂ ਲੱਭਦੀ, ਤੇ ਲੋਕਾਂ ਨੂੰ ਵੀ ਭੁੱਲ ਗਿਆ ਚੇਤਾ ਕਿ ਉਹ ਖੱਚ ਜਨਾਨੀ ਵੀ ਵੀਰਪਾਲ ਕੌਰ ਵੀ ਸਾਹਮਣੇ ਆਈ ਸੀ। ਫਿਰ ਇੱਕ IPS ਅਫਸਰ, ਬੜੇ ਸੀਨੀਅਰ IPS ਅਫਸਰ, DGP ਲੈਵਲ ਦੇ ਬੰਦੇ, ਤੇ ਮਾਂ ਗੰਦਾ ਤੇ ਮਾਂ ਝੂਠਾ ਬੰਦਾ ਤੇ ਮਾਂ ਕਰਪਟ ਬੰਦਾ ਸ਼ਸ਼ੀਕਾਂਤ, ਜਿਹਨੂੰ ਮੈਂ ਵੀ ਅਦਾਲਤ ਵਿੱਚ ਖਿੱਚਿਆ ਸੀਗਾ, ਹਾਂਜੀ, ਮੇਰੇ ਬਾਰੇ ਮੈਨੂੰ ਕੋਈ ਬਕਵਾਸ ਕੀਤੀ ਸੀ ਤੇ ਮੈਂ ਅਦਾਲਤ ਦੇ ਵਿੱਚ ਫਿਰ ਮਾਣਹਾਨੀ ਦਾ ਕੇਸ ਕੀਤਾ ਸੀਗਾ, ਫਿਰ ਤਰਲੇ ਮਾਰ ਮਾਰ ਕੇ ਛੁੱਟਿਆ ਸੀ, ਮੇਰੇ ਕੋਲ ਅੱਜ ਵੀ ਉਹਦਾ ਐਫੀਡੇਵਿਟ ਪਿਆ ਹੈ। ਉਹਨੇ ਵੀ ਗੱਲ ਕੀਤੀ ਕਿ ਜਿਹੜੀ ਪੁਸ਼ਾਕ ਹੈ ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ, ਤੇ ਬਾਅਦ 'ਚ ਮੁੱਕਰ ਗਿਆ ਜਦੋਂ ਨਾਸਾਂ 'ਤੇ ਵੱਜੀਆਂ ਤੇ ਮੁੱਕਰ ਗਿਆ। ਹਾਂਜੀ, ਕਹਿੰਦਾ ਜੀ ਨਹੀਂ ਜੀ ਆ ਜੀ ਉਹ ਆ ਜੀ, ਫਿਰ ਮਿੱਟੀ ਪਾਉਣ ਲੱਗ ਪੈਂਦੇ ਆ। ਬੀਬੀ ਸ਼ਬਦ ਬੜਾ ਪਵਿੱਤਰ ਆ ਸਾਡੇ ਧਰਮ 'ਚ, ਸਾਡੇ ਸਮਾਜ 'ਚ। ਮੈਂ ਬੀਬੀ ਤਾਂ ਨਹੀਂ ਕਹੂੰਗਾ, ਪਰ ਮੈਂ ਖੱਚ ਜਨਾਨੀ ਜ਼ਰੂਰ ਕਹੂੰਗਾ, ਉਹ ਵੀਰਪਾਲ ਕੌਰ। ਪਤਾ ਨਾ ਸੁਣਿਆ ਨਾ ਵੀਰਪਾਲ ਕੌਰ, ਉਹ ਸਰਸੇ ਵਾਲੇ ਦੀ ਚੱਲੀ ਗੁਫਾ ਵਾਲੀ ਸੇਵਾ ਕਰਨ ਵਾਲੀ, ਹਾਂਜੀ। ਉਹ ਜਨਾਨੀ ਆਉਂਦੀ ਆ ਖੱਚ, ਉਹ ਕਹਿੰਦੀ ਹੈ ਜੀ ਪੁਸ਼ਾਕ ਜਿਹੜੀ ਹੈ 2007 'ਚ ਜਿਹੜੀ ਸਲਾਵਤਪੁਰੇ ਡੇਰੇ 'ਚ ਪਾਈ ਸੀ ਰਾਮ ਰਹੀਮ ਨੇ, ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ। ਚਲੋ ਉਹ ਵੀ ਅਸੀਂ ਰੌਲਾ ਰੱਪਾ ਪਾ ਪੂ ਕੇ ਤੱਥ ਤੁੱਥ ਕੱਢ ਕੇ ਸਾਰੀਆਂ ਗੱਲਾਂ ਕਰ ਕੁਰ ਕੇ ਅਸੀਂ ਝੂਠੀ ਕੀਤੀ। ਅੱਜ ਉਹ ਖੱਚ ਜਨਾਨੀ ਨਹੀਂ ਲੱਭਦੀ, ਤੇ ਲੋਕਾਂ ਨੂੰ ਵੀ ਭੁੱਲ ਗਿਆ ਚੇਤਾ ਕਿ ਉਹ ਖੱਚ ਜਨਾਨੀ ਵੀ ਵੀਰਪਾਲ ਕੌਰ ਵੀ ਸਾਹਮਣੇ ਆਈ ਸੀ। ਫਿਰ ਇੱਕ IPS ਅਫਸਰ, ਬੜੇ ਸੀਨੀਅਰ IPS ਅਫਸਰ, DGP ਲੈਵਲ ਦੇ ਬੰਦੇ, ਤੇ ਮਾਂ ਗੰਦਾ ਤੇ ਮਾਂ ਝੂਠਾ ਬੰਦਾ ਤੇ ਮਾਂ ਕਰਪਟ ਬੰਦਾ ਸ਼ਸ਼ੀਕਾਂਤ, ਜਿਹਨੂੰ ਮੈਂ ਵੀ ਅਦਾਲਤ ਵਿੱਚ ਖਿੱਚਿਆ ਸੀਗਾ, ਹਾਂਜੀ, ਮੇਰੇ ਬਾਰੇ ਵੀ ਮੈਨੂੰ ਕੋਈ ਬਕਵਾਸ ਕੀਤੀ ਸੀ ਤੇ ਮੈਂ ਅਦਾਲਤ ਦੇ ਵਿੱਚ ਫਿਰ ਮਾਣਹਾਨੀ ਦਾ ਕੇਸ ਕੀਤਾ ਸੀਗਾ, ਫਿਰ ਤਰਲੇ ਮਾਰ ਮਾਰ ਕੇ ਛੁੱਟਿਆ ਸੀ, ਮੇਰੇ ਕੋਲ ਅੱਜ ਵੀ ਉਹਦਾ ਐਫੀਡੇਵਿਟ ਪਿਆ ਹੈ। ਉਹਨੇ ਵੀ ਗੱਲ ਕੀਤੀ ਕਿ ਜਿਹੜੀ ਪੁਸ਼ਾਕ ਹੈ ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ, ਤੇ ਬਾਅਦ 'ਚ ਮੁੱਕਰ ਗਿਆ ਜਦੋਂ ਨਾਸਾਂ 'ਤੇ ਵੱਜੀਆਂ ਤੇ ਮੁੱਕਰ ਗਿਆ। ਹਾਂਜੀ, ਕਹਿੰਦਾ ਜੀ ਨਹੀਂ ਜੀ ਆ ਜੀ ਉਹ ਆ ਜੀ, ਫਿਰ ਮਿੱਟੀ ਪਾਉਣ ਲੱਗ ਪੈਂਦੇ ਆ। ਉਹ ਸ਼ਸ਼ੀਕਾਂਤ ਕਿੱਥੇ ਹੈ, ਜਿਹਦੀ ਗੱਲ ਨੂੰ ਜੀ ਸ਼ਸ਼ੀਕਾਂਤ ਜਿਹੜੇ ਇੰਟੈਲੀਜੈਂਸ ਦੇ ਅਫਸਰ ਸੀਗੇ, ਹੈੱਡ ਸੀਗੇ,